ਇਹ ਖਬਰ ਆ ਰਹੀ ਆ ਉਕਮੁਲਗੀ ਕਾਉਂਟੀ ਤੋਂ ਜਿੱਥੇ ਕਹਿੰਦੇ ਵੀ ਸੱਤ ਪੀੜਤ ਲੱਭੇ ਆ ਜਿਨ੍ਹਾਂ ਵਿੱਚ ਕੁਝ ਕੁੜੀਆਂ ਦੀ ਹਾਲ ਕੀਤੀ ਜਾ ਰਹੀ ਸੀ ਉਹ ਵੀ ਪੀੜਤ ਇਸ ਦੇ ਵਿੱਚ ਲੱਭੇ ਆ ਕੁੱਲ 7 ਵਿਕਟਮਸ ਹੈਨਰੀਏਟਾ ਪ੍ਰਾਪਰਟੀ ਤੋਂ ਲੱਭੇ ਆ ਸਰਚ ਟੀਮਸ ਨੇ ਕਹਿੰਦੇ ਸੱਤ ਬਾਡੀਜ਼ ਜਿਹੜੀਆਂ ਆ ਉਹ ਲੱਭੀਆਂ ਜਿਨ੍ਹਾਂ ਵਿੱਚ ਦੋ ਲਾਪਤਾ ਕੁੜੀਆਂ ਦਸੀਆਂ ਜਾਦੀਆਂ ਆ ਅਥੋਰਿਟੀਆਂ ਨੇ ਕਿਹਾ ਆਈਵੀ ਵੈਬਸਟਰ ਜਿਸ ਦੀ 14 ਸਾਲ ਉਮਰ ਸੀ ਬ੍ਰਿਟਨੀ ਬਰੂਅਰ 16 ਸਾਲ ਇਹ ਅਖੀਰਲੀ ਵਾਰ ਜੈਸੀ ਮੈਕਫੈਡਨ ਦੇ ਨਾਲ ਦੇਖੇ ਗਏ ਸੀਗੇ ਪਿੰਡੂ ਇਲਾਕਾ ਸੀਗਾ ਹੈਨਰੀਏਟਾ ਕਰਕੇ ਇਲਾਕਾ ਉਸ ਦੇ ਵਿੱਚ ਸੋ ਕਹਿੰਦੇ ਵੀ ਵੀਕਐਂਡ ਇਹਨਾਂ ਨੇ ਮਨਾਉਣਾ ਸੀਗਾ ਮੈਕਫੈਡਨ ਤੇ ਉਸ ਜਿਹੜੀ ਆ ਪਰਿਵਾਰ ਦੇ ਨਾਲ ਤੇ ਇਵੈਂਚੁਅਲੀ ਇਹ ਦੋਨੋਂ ਜਿਹੜੀਆਂ ਲਾਪਤਾ ਹੋ ਗਈਆਂ ਸੀਗੀਆਂ 30 ਅਪ੍ਰੈਲ ਤੋਂ ਤੇ ਇਹਨਾਂ ਨੂੰ ਲੱਭਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਹੁਣ ਇਹ ਇਹਨਾਂ ਦੀਆਂ ਜਿਹੜੀਆਂ ਬਾਡੀਜ਼ ਦੇ ਨਾਲ ਪੰਜ ਹੋਰ ਬਾਡੀਜ਼ ਆ ਉਥੋਂ ਲੱਭੀਆਂ ਆ ਸੋ ਮੈਡੀਕਲ ਐਗਜ਼ਾਮੀਨਰ ਦੇ ਕੋਲ ਇਹ ਸੱfte ਬਾਡੀਜ਼ ਕੱਲ ਦਿੱਤੀਆਂ ਗਈਆਂ ਆ ਤੇ ਇਹ ਮੌਤ ਦੇ ਕਾਰਨ ਕਿੱਦਾਂ ਹੋਈ ਆ ਉਸ ਦੀ ਆਟੋਪਸੀ ਜਿਹੜੀ ਆ ਹੁਣ ਕੀਤੀ ਜਾਵੇਗੀ ਜੀ ਸੋ ਬਿਲਕੁਲ ਇਹ ਇਹ ਸਰੋਤੋਂ ਦੱਸਦੇ ਜਾਈਏ ਜੀ ਜੇਸੀ ਐਲ ਮੈਕਫੈਡਨ ਦੇ 49 ਸਾਲਾਂ ਦਾ ਇਹ ਸੈਕਸ ਅਫੈਂਡਰ ਸੀ ਇਹਦੀ ਜਿਹੜਾ ਟ੍ਰਾਇਲ ਵੀ ਸ਼ੁਰੂ ਹੋਣ ਵਾਲਾ ਸੀ ਇਹਦੇ ਘਰੋਂ ਹੀ ਸੱਤ ਇਹ ਬਾਡੀਜ਼ ਮਿਲੀਆਂ ਜਿਹਦੇ ਵਿੱਚ ਦੋ ਬੱਚੀਆਂ ਸੀਗੀਆਂ 14 ਸਾਲ ਦੀ ਆ ਓਨਲਾਈ ਵੀ ਵੈਬਸਟਰ ਵੈਬਸਟਰ ਤੇ 16 ਸਾਲਾਂ ਦੀ ਬ੍ਰਿਟਨੀ ਬਰਿਓਰ ਆ ਇਹ ਓਕਮਲਗੀ ਕਾਉਂਟੀ ਦੇ ਸ਼ੈਰਫ ਆਫਿਸ ਐਡੀ ਰਾਈਸ ਵੱਲੋਂ ਦੱਸਿਆ ਗਿਆ ਸੋ ਪੂਰੇ ਹੀ ਜਿਹੜਾ ਸਕੂਲ ਆ ਉਹਨਾਂ ਦਾ ਜਿਹੜਾ ਸਿਸਟਮ ਆ ਉਹ ਸੋਗ ਦੇ ਵਿੱਚ ਆ ਕਿਉਂਕਿ ਉਹਨਾਂ ਦੇ ਜਿਹੜੇ ਸਟੂਡੈਂਟਸ ਹੇ ਬਹੁਤ ਹੀ ਜੜੀ ਮਾੜੀ ਗੱਲ ਆ ਇਹ ਦੱਸਤੀ ਜਾਈਏ ਸਰੋਤਿਆਂ ਨੂੰ ਕਿ ਇਹ ਜਿਹੜਾ ਛੋਟਾ ਜਿਹਾ ਟਾਊਨ ਹੈਗਾ ਹੈਨਰੀਏਟਾ ਜਿਹਦੀ ਪੋਪੂਲੇਸ਼ਨ 5540 ਆ 2020 ਦੇ ਸੈਂਸਸ ਦੇ ਮੁਤਾਬਕ ਉਹ ਉਸ ਟਾਊਨ ਦੇ ਵਿੱਚੋਂ ਇਹ ਲਬੀਆਂ ਗਈਆਂ ਹੈਗੀਆਂ ਤੇ ਕਾਫੀ ਸਮੇਂ ਤੋਂ ਜਿਹੜੀ ਇਹਨਾਂ ਦੀ ਭਾਲ ਸੀਗੀ ਅ ਐਮਰਜੈਂਸੀ ਅਲਰਟ ਦੋਨਾਂ ਦਾ ਹੀ ਜਾਰੀ ਕੀਤਾ ਗਿਆ ਸੀਗਾ ਟੀਨੇਜਰਸ ਦਾ ਤੇ ਮੈਕਫੈਡਨ ਦਾ ਵੀ ਜਿਹੜਾ ਕੀਤਾ ਗਿਆ ਸੀ ਕਿਉਂਕਿ ਆਲਰੇਡੀ ਇਹ ਸੈਕਸ ਅਫੈਂਡਰ ਲਿਸਟਡ ਸੀ ਇਹਦੇ ਘਰ ਦਾ ਐਡਰੈਸ ਵੀ ਸੀਗਾ ਉਹ ਕਲਾਮਾ ਹਾਈਵੇ ਪੈਟਰੋਲ ਵੱਲੋਂ ਤੇ ਉਸ ਨੇ ਅੱਜ ਅਪੀਅਰ ਹੋਣਾ ਸੀ ਮੈਕਫੈਡਨ ਨੇ ਕੋਰਟ ਦੇ ਵਿੱਚ ਜਿਹੜੇ ਉਹਦੇ ਪਹਿਲਾਂ ਕੋਈ ਸੈਕਸ ਅਫੈਂਡਰ ਵਾਲਾ ਜਿਹੜਾ ਕੇਸ ਸੀਗਾ ਤੇ 인 ਦਾ ਮੀਨ ਟਾਈਮ ਜਿਹੜੀ ਆ ਇਹ ਬੋਡੀਜ਼ ਆ ਉਸ ਦੇ ਘਰੋਂ ਲੰਬੀਆਂ ਹੈ ਜੀ ਇਹ ਦੱਸ ਜਾਈਏ ਜਿਹੜਾ I40 ਦੇ ਉੱਤੇ ਇਹ ਸ਼ਹਿਰ ਪੈਂਦਾ ਹੈ ਹੈਨਰੀਟਾ 62 ਤੇ I40 ਦੀ ਜਿੱਥੇ ਕ੍ਰੋਸਿੰਗ ਆ ਉਸ ਇੰਟਰਸੈਕਸ਼ਨ ਜਿਹੜਾ ਆ ਉਹ ਹੈਨਰੀਟਾ ਜਿਹੜਾ ਸ਼ਹਿਰ ਆ ਉਸ ਸ਼ਹਿਰ ਦੇ ਵਿੱਚੋਂ ਹੀ ਪ੍ਰਾਪਰਟੀ ਦੇ ਵਿੱਚ ਉੱਥੇ ਕਿਸੇ ਦੀ ਪ੍ਰਾਪਰਟੀ ਦੇ ਵਿੱਚ ਇਹ ਸੱਤ ਲਾਸ਼ਾਂ ਜਿਹੜੀਆਂ ਹੋ ਬਰਾਮਦ ਹੋਈਆਂ ਨੇ ਅਗਲੀ ਜਿਹੜੀ ਹੁਣ ਤੁਸੀਂ ਗੱਲ ਕਰਦੇ ਜਾਈਏ ਸਦਰਨ ਬਾਰਡਰ ਦੇ ਉੱਤੇ ਇਮੀਗ੍ਰੇਂਟ